ਨਗਰ ਕੌਂਸਲ ਦੀਆਂ ਚੋਣਾਂ ਆਮ ਆਦਮੀ ਪਾਰਟੀ ਦੇ ਲਈ ਇੱਕ ਫਲੌਪ ਸ਼ੋਅ ਸਾਬਿਤ ਹੋਈਆਂ, ਇਹ ਕਹਿਣਾ ਹੈ ਮਜੀਠੀਆ ਦਾ। ਉਹਨਾਂ ਨੇ ਅੱਜ ਮਜੀਠਾ ਹਲਕੇ ਵਿੱਚ ਕਈ ਕਰੋੜ ਰੁਪਏ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਇਸ ਦੇ ਨਾਲ ਨਾਲ ਵੀ ਕਾਂਗਰਸੀ ਪਰਿਵਾਰ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਵੀ ਹੋਏ, ਜਿਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਝੂਠ ਤੇ ਫਰੇਬ ਦੀ ਰਾਜਨੀਤੀ ਬਹੁਤ ਚਿਰ ਨਹੀਂ ਚੱਲ ਸਕਦੀ। ਸੱਚਾਈ ਤੇ ਕੋਈ ਇਨਸਾਨ ਹਿੰਦੁਸਤਾਨ ਦੀ ਕਿਸੇ ਸੂਬੇ ਦੀ ਸੇਵਾ ਕਰੇ, ਸੁਭਾਵਿਕ ਹੈ ਲੋਕ ਉਹਦੀਆਂ ਮੁਸ਼ਕਲਾਂ ਨੂੰ ਵੀ ਸਮਝਣਗੇ, ਉਹਦੇ ਫੈਸਲਿਆਂ ਨੂੰ ਵੀ ਚੰਗਾ ਕਰਨਗੇ। ISYL ਦੇ ਮੁੱਦੇ 'ਤੇ ਪੰਜਾਬੀਆਂ ਨਾਲ ਸਭ ਤੋਂ ਵੱਡਾ ਧੋਖਾ ਅਤੇ ਫਰੇਬ ਕਰਨ ਵਾਲੇ ਦਿੱਲੀ ਦੇ ਮੁੱਖ ਮੰਤਰੀ ਸਨ। ਇਸ ਗੱਲ ਨੂੰ ਦਿੱਲੀ ਦੇ ਲੋਕ ਬਿਹਤਰ ਸਮਝ ਚੁੱਕੇ। ਤਦੇ ਰੂਲਿੰਗ ਪਾਰਟੀ ਹੋਵੇ, ਬਾਈ ਇਲੈਕਸ਼ਨਸ ਹੋਣ, ਜਿਨ੍ਹਾਂ ਦੀ ਸਰਕਾਰ ਹੋਵੇ, ਉਹ ਸਾਰੀ ਦੇ ਸਾਰੀ MLA ਦੀਆਂ ਸੀਟਾਂ ਆਮ ਤੌਰ 'ਤੇ ਇਹ ਚਰਚਾ ਚੱਲਦੀ ਕਿ ਜਿਹਦੀ ਸਰਕਾਰ ਆ ਉਹ ਬਾਈ ਇਲੈਕਸ਼ਨ ਉਹੀ ਜਿੱਤਦਾ, ਅਤੇ ਇੱਥੇ ਕਾਊਂਸਲਰ ਦੀਆਂ ਸੀਟਾਂ ਹਾਰ ਰਹੇ। ਸੋ ਇਹ ਸ਼ੋਅ ਕਰਦਾ ਹੈ ਕਿ ਕਿਵੇਂ ਦਿੱਲੀ ਦੀ ਜਨਤਾ ਨੇ ਆਪ ਦੀ ਗਵਰਨਮੈਂਟ ਨੂੰ ਝੂਠ ਦੀ ਫਿਲੋਸਫੀ 'ਤੇ ਰਿਜੈਕਟ ਕਰਤਾ। ਦੇਖੋ, ਇਹਨਾਂ ਨੇ ਦਾਅਵੇ ਕੀਤੇ ਸੀ 1 ਲੱਖ ਬੰਦਾ ਆਊ, 1 ਲੱਖ ਬੰਦੇ ਦੀ ਜਗ੍ਹਾ ਅੱਜ 5-7 ਹਜ਼ਾਰ 'ਤੇ ਬੰਦਾ ਖਤਮ ਹੋ ਗਿਆ, ਅਤੇ ਹਰ ਅਖਬਾਰ ਨੇ ਉਹਨੂੰ ਇੱਕ ਫਲੌਪ ਸ਼ੋਅ ਦਿੱਤਾ, ਹਰ ਅਖਬਾਰ ਨੇ ਇਹ ਵੀ ਕੀਤਾ ਕਿ ਇਹ ਧੋਖੇ ਦੇ ਜਿਹੜੀ ਰਾਜਨੀਤੀ ਉਹਨੂੰ ਰਿਜੈਕਟ ਕੀਤਾ। ਇਸ ਲਈ ਜਦੋਂ ਲੋਕਾਂ ਨੇ ਰਿਜੈਕਸ਼ਨ ਕਰਦੀ ਹੈ, ਮੈਂ ਕਿਸੇ ਦੇ ਬਾਰੇ ਕੀ ਟਿੱਪਣੀ ਕਰਨੀ।